ਤੇ ਤੇ ਦੀਵਾਲੀ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਜਿਵੇਂ ਕਿ ਪਿਛਲੇ 2 ਸਾਲ ਤੋਂ ਲੋਕਾਂ ਦਾ ਬਿਜ਼ਨਸ ਕਾਫੀ ਘਟ ਰਿਹਾ ਕਰੋਨਾ ਕਾਲ ਦੇ ਵਿੱਚ ਤੇ ਮੈਂ ਉਮੀਦ ਕਰਦਾ ਹਾਂ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਲੋਕਾਂ ਦਾ ਕੰਮਕਾਜ ਵਧੀਆ ਚੱਲੇ ਤੇ ਸਾਰੇ ਲੋਕ ਹੀ ਗ੍ਰੀਨ ਦੀਵਾਲੀ ਮਨਾਉਣ ਪਟਾਕੇ ਅਸ਼ਤਬਾਜੀ ਨਾ ਚਲਾਉਣ ਜਿਹਦੇ ਨਾਲ ਵਾਤਾਵਰਨ ਸਾਰਾ ਵਧੀਆ ਰਹੇ ਤੇ ਇਹਨਾਂ ਹੀ ਗੱਲਾਂ ਦੇ ਨਾਲ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਦੀਵਾਲੀ ਦੀ ਸ਼ੁਭ ਤਿਉਹਾਰ 'ਤੇ।